ਬਣਾਲਾ ਕਰ Thank you.
ਭੈਣਾਂ ਨੂੰ ਸੰਗਤ ਨੂੰ ਜਿਹੜੇ ਮੱਥਾ ਟੇਕਣਾਉਂਦੇ ਨੇ ਕਿਰਪਾ ਕਰਕੇ ਇੱਕ ਦੂਜੇ ਨੂੰ ਧੱਕੇ ਨਾ ਮਾਰੋ ਬੜੀ ਪਿਆਰ ਭਾਵਨਾ ਦੇ ਨਾਲ ਤੇ ਬੇਨਤੀ ਹੈ ਕਿ ਦੋ ਬੱਚੇ ਪਿਛਲੇ ਪਾਸੇ ਪਾਲਕੀ ਦੇ ਆ ਕਿ ਉਹਨਾਂ ਦੇ
ਹੁਣ ਕੀ ਕਹੀਏ, ਮਾਂ ਬਾਪ ਗੁਆਚ ਗਏ ਜਾਂ ਬੱਚੇ ਗੁਆਚ ਗਏ? ਉਹ ਬੱਚੇ ਗੁਆਚ ਗਏ ਤਾਂ ਇਸ ਕਰਕੇ ਮਾਂ ਬਾਪ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚੇ ਜ਼ਰੂਰ ਪਿੱਛੇ ਭਾਰਤ ਦੇ ਪਿਛਲੇ ਪਾਸੇ ਅੱਗੇ ਲੈ ਜਾਣ। ਸਤਸੰਗ ਜੀ ਬੇਨਤੀ ਹੈ ਕਿ ਸਾਡੇ ਕੋਈ ਬੱਚੇ ਸਾਂਭਣ ਦਾ ਇੰਨਾ ਪ੍ਰਬੰਧ ਨਹੀਂ ਹੈਗਾ, ਤਾਂ ਇਸ ਕਰਕੇ ਬੇਨਤੀ ਸਾਡੀ ਸੰਗਤ ਨੂੰ ਆਪਣੇ ਬੱਚਿਆਂ ਦਾ, ਆਪਣੇ ਸਮਾਨ ਦਾ ਆਪ ਹੀ ਤੁਸੀਂ ਖਿਆਲ ਰੱਖਣ ਦੇ ਆਪਣੀਆਂ ਜੇਬਾਂ ਦਾ। ਤੇ ਫਿਰ ਇੱਕ ਵਾਰੀ 550 ਸਾਲਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਨਾਮ ਦੇ ਪ੍ਰਕਾਸ਼ ਜਿਹੜੇ ਸਾਰੇ ਸੰਤ ਲੱਖ ਲੱਖ ਵਧਾਈ, ਜਿਹੜੇ ਜਿਹੜੇ ਮੈਂ ਮੇਰੇ ਵੀਰ ਭੈਣਾਂ ਨੇ ਜਿੱਥੇ ਵੀਰਾਂ ਨੇ ਆਪਣੇ ਦਸਾਂ ਨਾਵਾਂ ਦੀ ਗਿਰਤ ਵਿੱਚੋਂ ਸਟਾਲ ਲਾਏ ਨੇ, ਸੰਤਾਂ ਵਾਸਤੇ ਲੰਗਰ ਤਿਆਰ ਕੀਤੇ ਨੇ, ਉਹਨਾਂ ਦਾ ਵੀ ਪ੍ਰਬੰਧ ਕਰੋ ਤੇ ਸਾਡੇ ਕੋਲੋਂ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਦਾ, ਕਿਉਂਕਿ ਜਿੱਥੇ ਆਪਾਂ ਨਮਸਕਾਰ ਕਰਦੇ ਹਾਂ ਸਤਿਗੁਰਾਂ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ, ਪਾਣੀ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਕਾਫੀ ਲੰਬੇ ਸਮਾਂ ਇਹ ਸੰਘਰਸ਼ ਲੱਗਾ ਕਿ ਕਰਮ ਕਾਂਡ ਦੇ ਵਿੱਚੋਂ ਸੰਗਤਾਂ ਨੂੰ ਕੱਢਣ ਵਾਸਤੇ ਆਪਾਂ ਕੋਸ਼ਿਸ਼ ਕਰੀਏ ਕਿ ਕਰਮ ਕਾਂਡ ਦੇ ਵਿੱਚ ਨੂੰ ਕੋਈ ਸਮਝਣ ਦੀ। ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਆਉਣ ਵਾਲੇ ਐਤਵਾਰ ਇੱਕ ਬਹੁਤ ਹੀ ਜ਼ਿਆਦਾ ਹੋ ਰਿਹਾ, ਜਿਨ੍ਹਾਂ ਨੇ ਮੇਰੇ ਜੀਵਨ ਚ ਰਹਿਣੇ ਕੋਈ ਦੌਰ ਦੇ ਵਿੱਚ ਹਿੱਸਾ ਲੈਣਾ ਹੋਵੇ ਉਹ ਜ਼ਰੂਰ ਆਪਣੇ ਨਾਮ ਸੰਗਤਾਂ ਨੇ ਜਾਂ ਭਾਗ ਲਿਖਾ ਕੇ ਦਰਸ਼ਨ ਕਦਾਰੇ ਕਰਨੇ ਆ, ਤੇ ਕੀਰਤਨ ਸਰਪਣ ਕਰਨਾ ਜੋ ਕਵੀ ਦਰਬਾਰ ਹੈ ਉਹ ਐਤਵਾਰ ਨੂੰ 11 ਵਜੇ ਸ਼ੁਰੂ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਵਾਲਾ ਨਸ਼ਾ ਹੈ, ਰਸ ਬਿਨਾ ਕੀਰਤਨ ਪਿੱਛੇ ਦੇ ਬੱਚੇ ਨੇ, ਤੇਰਾ ਤੋਂ ਕੀਰਤਨ ਸਰਵਣ ਕਰੀਏ। ਸਤਸੰਗ ਜੀ ਜਿੱਥੇ 550 ਸਾਲਾਂ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਕੇ ਖੁੱਲੇ ਦਰਸ਼ਨ ਦਦਾਰੇ ਬਖਸ਼ ਕੇ, ਖੁੱਲੇ ਦਰਸ਼ਨ ਦਦਾਰੇ ਬਖਸ਼ੇ ਸਤਿਗੁਰੂ ਨੇ, ਜੋ ਕਿ ਪਾਕਿਸਤਾਨ ਗੌਰਮੈਂਟ ਨੇ ਇਹ ਆਪਣੇ ਜੋਗੜਾ ਨੂੰ ਬੋਰਡਰ ਆਪਣਾ ਖੁੱਲੇ ਦਿੱਤੇ ਦਰਸ਼ਨ ਦਦਾਰੇ ਕਰਨ ਵਾਸਤੇ ਬੜਾ ਹੀ ਉਪਰਾਲਾ ਉੱਤੇ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿੱਥੇ ਸਤਿਗੁਰੂ ਮਹਾਰਾਜ ਨੇ ਜਨਮ ਲਿਆ, ਅਵਤਾਰ ਧਾਰਿਆ, ਉਹ ਪਵਿੱਤਰ ਧਰਤੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਰੰਗ ਵਿਖਾਏਗੀ। ਤੇ ਸਤਿਗੁਰੂ ਬਾਬਰ ਇਮਰਾਨ ਖਾਨ, ਨਵਜੋਤ ਸਿੰਘ ਸਿੱਧੂ, ਜੋ ਕਿਉਂਕਿ ਸਾਰਿਆਂ ਨੇ ਕੰਮ ਦਾ ਬਹੁਤ ਕੀਤਾ, ਲੇਕਿਨ ਸਿਹਰਾ ਇਹਨਾਂ ਦੋਨਾਂ ਦੇ ਸਿਰ ਹੀ ਜਾਣਾ, ਇਹਨਾਂ ਦੋਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਗਾਰਾ ਬੋਲੇ ਸੋ ਨਿਹਾਲ। Oh,
finally we have reached. It took more than usual. It took around half an hour. Thank you.